वाहेगुरु जी का खालसा वाहेगुरु जी की फतेह। सो संगत जी आज फिर थोड़े नाल रूबरू हो रहे हैं। कुछ गल्लां ऐसियां होंदियां जिहड़ियां कि जदों बंदे नूं पता लगदियां ते जी करदा हुंदा यार ये अपने परिवार नाल सांझियां कीतियां जाण। सो ऐसी एक गल ऐसी एक प्राप्ति इस दुनिया ते आपां कह लईए मनुखता दी सेवा और जो वीरां ने पुलांघा पुट्टियां जो मुकाम हासिल कीता जो सेवावां चल रहीआं उह तुहाडे तक रखणीआं मैं अपना फर्ज समझदा। अज असीं बैठे आ जगराऊं दे विच, जगराऊं दे विच ते नाल मेरे वीर बैठे आ अजीत गुरताज सिंह जी, माफी चाहुंदा गुरताज सिंह वीर बैठे आ। इन्हां ने एक ट्रस्ट बनाया होया माता गुजरी जी, धन माता गुजरी जी ट्रस्ट। ये पिछले तकरीबन 3 साल तो जगराओं दे विच पूरे हिंदुस्तान दे विच इको एक हॉस्पिटल है जिथे फ्री डायलिसिस की सेवा की जाती है, फ्री टोटली फ्री। सो एडी वड्डी प्राप्ति है इन्हां वीरां दी जिन्हों के अज तक पब्लिक दे विच संगतां दे विच उजागर नहीं किया गया। सो मैनू वीरां ने जदों मेरे नाल संपर्क होया इन्होंने गल दसी, मैं इन्हां दा प्रोजैक्ट देखिया, मैं हैरान हो गया एडी वड्डी प्राप्ति एडी वड्डी सेवा। ते ए वीर जिहड़े आ गुप्त रह के सेवा करदे सी, मैं इन्हां नूं कहा वी तुसीं यार सानूं ही नहीं पता वी तुसीं एडी वड्डी सेवा कर रहे हो ते ए तुसीं संगतां च क्यों नहीं लै के आए। ਉਹ ਕਹਿੰਦੇ ਯਾਰ ਅਸੀਂ ਆਪਣੇ ਵੱਲੋਂ ਯਤਨ ਕਰਦੇ ਹਾਂ ਪਰ ਸਾਡੀ ਗੱਲ ਕਿਤੇ ਨਾ ਕਿਤੇ ਰੁਕਦੀ ਤੇ ਅਸੀਂ ਚਾਹੁੰਦੇ ਹਾਂ ਵੀ ਇਹ ਗੱਲ ਸੰਗਤ ਦੇ ਵਿੱਚ ਜਾਵੇ। ਸੋ ਵੀਰ ਗੁਰਤਾਜ ਸਿੰਘ ਹੁਣੀ ਸਾਡੇ ਨਾਲ ਬੈਠੇ ਆ, ਆਪਾਂ ਇਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਵੀ ਇਹ ਪ੍ਰੋਜੈਕਟ ਕੀ ਹੈ, ਕਦੋਂ ਚੱਲਿਆ ਤੇ ਕਿਵੇਂ ਚੱਲ ਰਿਹਾ। ਸੋ ਸਾਨੂੰ ਸੰਗਤਾਂ ਨੂੰ ਥੋੜ੍ਹਾ ਜਿਹਾ ਇਸ ਪ੍ਰੋਜੈਕਟ ਬਾਰੇ ਚਾਨਣਾ ਪਾਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਪਹਿਲਾਂ ਤਾਂ ਜੀ ਆਇਆਂ ਨੂੰ ਵੀਰ ਹੋਣਾ ਨੇ ਜਿੰਦੂ ਵੀਰ ਹੋਣਾ ਦਾ ਬਹੁਤ ਧੰਨਵਾਦ ਆ ਕਿਉਂਕਿ ਇਹਨਾਂ ਨੇ ਇੱਕ ਨਵਾਂ ਜਾਗ ਲਾਇਆ ਜਿਹੜਾ ਮੋਦੀ ਖਾਨੇ ਦਾ ਜਾਗ ਆ। ਉਹ ਗੁਰੂ ਨਾਨਕ ਸਾਹਿਬ ਵੀ ਲਾਗੇ ਸੀ ਤੇ ਵੀਰ ਹੋਣਾ ਨੇ ਵੀ ਉਸ ਤੇ ਜਿਹੜਾ ਕੰਮ ਕੀਤਾ ਇਹਨਾਂ ਦਾ ਬੜਾ ਧੰਨਵਾਦ ਹੈ ਜੀ। ਤੇ ਇਹ ਵੀਰ ਜੀ 2012-13 'ਚ ਮੈਂ ਅੱਗੇ ਵੀ ਇੱਕ ਦੋ ਵੀਡੀਓ 'ਚ ਦੱਸਿਆ ਸੀ ਵੀ ਮੇਰੇ ਚਾਚਾ ਜੀ ਦੀ ਡੈਥ ਹੋ ਜਾਂਦੀ ਹੈ, ਲੁਧਿਆਣੇ ਅਸੀਂ ਡਾਇਲਸਿਸ ਕਰਾਉਂਦੇ ਸੀ ਤਾਂ ਉਸ ਦੌਰਾਨ ਫਿਰ ਇਹ ਦਿਮਾਗ 'ਚ ਆਈ ਗੱਲ ਵੀ ਕਿਤੇ ਨਾ ਕਿਤੇ ਸਮਾਂ ਬਣਿਆ, ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਇਹ ਪ੍ਰੋਜੈਕਟ ਆਪਾਂ ਜਗਰਾਉਂ ਲਾਵਾਂਗੇ ਅਤੇ ਫਰੀ ਚਲਾਉਂ। ਉਹ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਜੀ 2017 ਦੇ ਵਿੱਚ ਅਗਸਤ ਦੇ ਵਿੱਚ ਇਹ ਆਪਾਂ ਸਟਾਰਟ ਕੀਤਾ ਸੀ 9 ਅਗਸਤ ਨੂੰ ਅਤੇ ਇਸ ਅਗਲੇ ਮਹੀਨੇ ਨੂੰ 3 ਸਾਲ ਹੋ ਜਾਣੇ ਜੀ। ਇਹ ਇੰਡੀਆ ਦਾ ਕਹਿ ਲਓ, ਪੰਜਾਬੀਆਂ ਦਾ ਕਹਿ ਲਓ ਜਾਂ ਗੁਰੂ ਸਾਹਿਬ ਦੀ ਕਿਰਪਾ ਦਾ ਕਹਿ ਲਓ ਵੀ ਇੱਕੋ ਹੀ ਪ੍ਰੋਜੈਕਟ ਹੈ ਜਿਹੜਾ ਫਰੀ ਹੈ। ਕਿਆ ਟੋਟਲੀ ਫਰੀ ਹੈ ਜੀ? ਹਾਂਜੀ ਟੋਟਲੀ ਫਰੀ ਹੈ ਜੀ। ਕੋਈ ਵੀ ਬੰਦਾ ਕਿਤੋਂ ਵੀ ਆ ਕੇ ਡਾਇਲਸਿਸ ਕਰਾ ਲਵੇ? ਬਿਲਕੁਲ ਜੀ, ਆਉਂਦੇ ਨੇ ਲੋਕ ਜੀ ਪਟਨੇ ਵਾਲੇ, ਪਟਨਾ ਸਾਹਿਬ ਤੋਂ ਵੀ ਲੋਕ ਇੱਥੇ ਰਹਿਣ ਲੱਗ ਗਏ। ਅੱਜ ਵੀ ਸਵੇਰੇ ਗੱਲ ਹੋ ਗਈ ਸੀ ਮੇਰੀ ਇੱਧਰ ਗੁਹਾਟੀ ਸਾਈਡ, ਇੱਕ ਗੁਹਾਟੀ ਤੋਂ ਬੱਚਾ ਸੀਗਾ ਪਿੱਛੇ ਜੀ, ਉਹਦੀ ਡੈਥ ਹੋ ਗਈ, ਉਹ ਵੀ ਇੱਥੇ 6 ਮਹੀਨੇ ਸਾਲ ਕਰਾਉਂਦੇ ਰਹੇ ਆ ਅਤੇ ਅੰਬਾਲੇ ਤੋਂ ਜਿੱਥੇ ਵੀ ਕੋਈ ਆ ਕੇ ਇੱਥੇ ਕਰਾ ਸਕਦਾ। ਅਤੇ ਇੱਥੇ ਕੋਈ ਡਾਇਲਸਿਸ ਕਿੰਨੀ ਕੁ ਵਾਰ ਕਰਵਾ ਸਕਦਾ? ਇਹ ਜੇ ਨਹੀਂ ਇੱਥੇ ਵੀਰ ਜੀ ਡਾਇਲਸਿਸ ਦਾ ਇੱਕ ਸਿਸਟਮ ਹੈ, ਇੱਕ ਮਹੀਨੇ ਦੇ ਵਿੱਚ ਇੱਕ ਬੰਦਾ 8 ਵਾਰੀ ਹੋਈ ਕਰਵਾਉਂਦਾ, ਉਹਦਾ ਇੱਕ ਸਿਸਟਮ। ਇੱਕ ਮਹੀਨੇ 'ਚ 8 ਵਾਰੀ ਹੁੰਦੀ ਹੈ ਜਿਹੜਾ ਮਰੀਜ਼ ਸੀਰੀਅਸ ਹੈ, ਜਿਹਨਾਂ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਉਹਨਾਂ ਨੂੰ ਬਾਥਰੂਮ ਨਹੀਂ ਆਉਂਦਾ ਭਾਜੀ। ਇਹ ਬਾਥਰੂਮ ਸਮਝ ਲਓ ਵੀ ਮਸ਼ੀਨ ਦੇ ਨਾਲ ਹੀ ਉਹਨਾਂ ਦਾ ਜੀਵਨ। ਤੁਸੀਂ ਅੰਦਰ ਜਾਓਗੇ ਲੋਕਾਂ ਨੂੰ ਪੁੱਛ ਲਿਓ ਭੈਣ ਭਰਾਵਾਂ ਨੂੰ, ਇਹ ਫਰੀ ਹੈ ਜੀ ਬਿਲਕੁਲ। ਔਰ ਆਲ ਪੰਜਾਬ ਤੋਂ ਲੋਕ ਨਹੀਂ, ਤੁਹਾਡੇ ਕੋਲੋਂ ਮੰਨ ਲਓ ਜੀ ਹੁਣ ਇੱਕ ਪੇਸ਼ੈਂਟ ਹੈ ਉਹ ਆ ਗਿਆ ਮਹੀਨੇ ਦੇ ਵਿੱਚ, ਉਹ 8 ਵਾਰਾਂ ਕਰਾ ਸਕਦਾ? ਹਾਂਜੀ 8 ਵਾਰਾਂ ਉਹਨੂੰ ਟਾਈਮ ਹੈ ਜੀ, ਅਸੀਂ ਉਦੋਂ ਘੱਟ ਟਾਈਮ ਦਿੰਦੇ ਨਹੀਂ। ਮਤਲਬ ਤੁਸੀਂ ਆਪ ਹੀ ਸੈਟਿੰਗ ਕਰ? ਨਹੀਂ, ਸਾਡੇ ਬੱਚੇ ਭਾਜੀ ਬੈਠੇ ਨੇ ਬੁੱਕ ਲੈ ਕੇ, ਜਿਹੜੇ ਹੁਣ ਜਿਹੜੇ ਵੀਰ ਕਰਾਉਂਦੇ ਪਏ ਨੇ ਇਹਨਾਂ ਨੇ ਜਦੋਂ ਸ਼ਾਮ ਨੂੰ ਜਾਣਾ ਤੇ ਇਹਨਾਂ ਨੇ ਅਗਲਾ ਆਪਦਾ ਟਾਈਮ ਲੈ ਕੇ ਜਾਣਾ। ਓਕੇ ਹਾਂਜੀ। ਤੇ ਸਰ ਜੇ ਕੋਈ 19-21 ਵਜੇ ਤਾਂ ਮਾਰੇ ਹੀ ਕਿਰਪਾ ਕਰੇ ਪ੍ਰੋਬਲਮ ਨਹੀਂ ਆਈ, ਕਦੇ ਕੋਈ ਹੋ ਜਾਵੇ ਦਵਾਈ ਇੱਧਰ ਉੱਧਰ ਪ੍ਰੋਬਲਮ, ਫਿਰ ਬੱਚੇ ਬਗੈਰਾ ਸਾਡੇ ਸਵੇਰੇ ਫੋਨ ਕਰਦੇ ਨੇ ਇਹਨਾਂ ਨੂੰ ਆਉਂਦੇ ਵੀ ਤੁਹਾਡਾ 9 ਵਜੇ ਦਾ ਟਾਈਮ ਆ, ਤੁਸੀਂ 9 ਵਜੇ ਪਹੁੰਚੋ, 9 ਵਜੇ ਪਹੁੰਚੋ, ਸਵੇਰੇ ਰਹਿਣਾ ਜੀ ਸਾਰੇ ਤੁਹਾਨੂੰ ਅੰਦਰ ਦਿਖਾਵਾਂਗੇ। ਅੱਛਾ, ਮਤਲਬ ਜਿੰਨੇ ਵੇਲਾ ਮਰਜ਼ੀ ਡਾਇਲਸਿਸ ਇੱਥੋਂ ਕੋਈ ਕਰਾਵੇ ਕੋਈ ਪੈਸਾ ਨਹੀਂ? ਹਾਂ, ਇਹ 2-2 ਸਾਲ ਹੋ ਗਏ ਵੀਰਾਂ ਨੂੰ ਕਰਾਉਂਦੇ, 3 ਸਾਲ ਹੋ ਗਏ ਇੱਕ ਪਰਿਵਾਰ ਨੂੰ, ਮਤਲਬ 2.5 ਸਾਲ ਹੋ ਗਏ ਕਰਾਉਂਦੇ ਬਰਨਾਲੇ ਤੋਂ ਨੇ, ਦੇਹਰਾ ਤੋਂ ਨੇ, ਠੀਕ ਹੈ ਸਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਲੁਧਿਆਣੇ ਤੋਂ ਨੇ ਤੁਹਾਡੇ ਏਰੀਏ ਦੇ ਨੇ पैसे बहुत लगे मेरा बेटा उस वे तनखा पूरी मिलती थी लॉकडाउन तो बाद बेटे तनखा उन्होंने अद्धी कर दी 70% कर दी क्योंकि जॉब करनी है करो नहीं तो छोड़ दो वो 70% नाल भी तीन चार छुट्टी हो जाती है डैक्स चला जाता तो तकरीबन 6,000 सानू मिलता महीने का साढ़े को सोर्स ऑफ इनकम नहीं है दूसरा इस करके फिर उतों छड़ के इतने नैट से कट के देखा कितने फ्री होंगे फिर अभी इतने आए इतने तीजी बार आ रहे हैं हम तीसरी बार हाँ इतने तो अभी तो किन्ने पैसे लेंगे इतने इतने कोई पैसा नहीं दीप वाले किन्ने पैसे लेंगे दीप वाले 1400 रुपये लेंदा चौदह सौ रुपये एक तो मेरा डैक्स करके ਚਲੋ ਟੀਕੇ ਲਈ ਵੀ ਪੈਸੇ ਨਹੀਂ ਹੈ ਟੀਕਾ ਅਸੀਂ ਕਿਸੇ ਨੂੰ ਕਹਿ ਕਵਾ ਕੇ ਲੈਂਦੇ ਹਾਂ ਪੈਸੇ ਇਹ ਜਿਹੜਾ ਡਾਇਲਸਿਸ ਵਾਲਾ ਬਾਅਦ 'ਚੋਂ ਟੀਕਾ ਲੱਗ ਗਿਆ ਕਿੰਨੇ ਦਾ ਲੈ ਕੇ ਆਏ ਹੈ ਜੀ 100 ਰੁਪਏ ਦੇ ਦੋ ਟੀਕੇ ਆਏ ਇੱਕ ਉਹ ਲੱਗਦਾ ਦੂਸਰਾ ਸੀ ਬੀ ਸੀ ਦਾ ਟੀਕਾ ਅੱਛਾ ਅੱਛਾ ਉਹ ਬੰਦਾ 550 ਉਹ ਫਿਰ ਅਫੋਰਡ ਨਹੀਂ ਕਰ ਸਕਦੇ ਉਹ ਨਹੀਂ ਲਗਵਾਉਂਦੇ ਉਹ ਨਹੀਂ ਲਗਵਾਉਂਦੇ ਹਾਂ ਤੁਹਾਨੂੰ ਇਹਨਾਂ ਵੱਲੋਂ ਇੱਕ ਕਿੱਟ ਪ੍ਰੋਵਾਈਡ ਕੀਤੀ ਜਾਂਦੀ ਹੈ ਸਾਰਾ ਕੁਝ ਹੀ ਸਿਸਟਮ ਸਾਰਾ ਇਹਨਾਂ ਦਾ ਹੀ ਸਾਰਾ ਫ੍ਰੀ ਕਰਦੇ ਜਿੰਦੂ ਜੀ ਜਿਹੜਾ ਕੁਝ ਵੀ ਲੱਗਦਾ ਇਹਨਾਂ ਨੂੰ ਫ੍ਰੀ ਹੈ ਜੇ ਕੁਛ ਐਕਸਟਰਾ ਕੋਈ ਇਹਨਾਂ ਨੂੰ ਲੱਗ ਰਹੀ ਹੈ ਕੋਈ ਚੀਜ਼ ਅੰਦਰ ਨਹੀਂ ਹੈਗੀ ਤਾਂ ਉਹ ਬੱਚਿਆਂ ਨੇ ਇਹਨਾਂ ਦੇ ਬੇਟੇ ਨੂੰ ਕਹਿ ਦੇਣਾ ਵੀ ਵੀਰ ਜੀ ਆਪ ਫੜਾਂ ਜਿਸ ਨੂੰ ਮਰਜ਼ੀ ਲਿਆ ਦਿਓ ਬਸ ਇੱਥੇ ਹੋਰ ਕੋਈ ਮਕਸਦ ਨਹੀਂ ਹੈਗਾ ਤਾਂ ਇੰਜੈਕਸ਼ਨ ਵਗੈਰਾ ਇਹ ਇਹਨਾਂ ਨੇ ਲਿਆ ਆਂਦਾ ਇੱਥੇ ਅਸੀਂ ਨਹੀਂ ਕੋਈ ਪ੍ਰੋਵਾਈਡ ਕਰਦੇ ਆਇਰਨ ਦਾ ਇੰਜੈਕਸ਼ਨ ਹਾਂ ਕੋਈ ਨਹੀਂ ਮਹਾਰਾਜ ਕਿਰਪਾ ਕਰੇ ਛੇਤੀ ਤੰਦਰੁਸਤ ਹੋਵੋ ਤੁਸੀਂ ਤੇ ਪਾਸ਼ਾ ਲੈ ਕੇ ਤੇ ਬਾਗੇ ਪੁਰਾਣੇ ਤੋਂ ਆਉਂਦੇ ਨੇ ਭਾਜੀ ਅੱਛਾ ਬਾਉ ਜੀ ਨੇ ਕਦੋਂ ਤੋਂ ਆ ਰਹੇ ਹੋ ਇੱਥੇ ਲੌਕਡਾਊਨ ਤੋਂ ਪਹਿਲਾਂ ਦੇ ਆ ਅੱਛਾ ਉਦੋਂ ਪਹਿਲਾਂ ਕਿੱਥੋਂ ਕਰਾਉਂਦੇ ਸੀ ਮੋਗੇ ਤੋਂ ਉੱਥੇ ਕਿੰਨੇ ਪੈਸੇ ਖਰਚਦੇ ਸੀ ਸਾਰੇ ਵੱਖਰੇ ਤੇ ਇਹ ਤੁਸੀਂ ਕਿੰਨੇ ਚਿਰ ਬਾਅਦ ਕਰਾਉਂਦੇ ਹੋ ਡਾਇਲਸਿਸ ਆਪਣਾ ਇੱਥੇ ਡਾਕਟਰ ਸਾਹਿਬ ਨੇ ਕਿਹਾ ਵੀ ਹਫ਼ਤੇ 'ਚ 2 ਵਾਰ ਕਰਾਓ ਮੋਗੇ 1 ਵਾਰ ਕਰਾਉਂਦੇ ਉਹ ਚੈੱਕ ਵੀ ਕਰਾਉਂਦੇ ਸੀ ਕਿਉਂਕਿ ਪੈਸੇ ਜਦੋਂ ਸਾਹਿਬ ਉਹ ਕੀ ਆ ਮੈਂ ਇਹ ਮੈਂਸ਼ਨ ਕਰ ਦੇਣਾ ਪਰਿਵਾਰਾਂ ਕੋਲ ਪੈਸੇ ਨਹੀਂ ਹੈ ਅਤੇ ਉਹ ਫਿਰ 1 ਵਾਰੀ ਉਹ ਕਰਾ ਲਉਂਦੇ ਟਾਈਮ ਟਪਾਉਣ ਦੀ ਖਾਤਰ ਹੁਣ ਇੱਥੇ ਅਸੀਂ ਕੰਪਲਸਰੀ ਹੈ ਕਿਉਂਕਿ ਇੱਥੇ ਫ੍ਰੀ ਆ ਅਸੀਂ ਇਹਨਾਂ ਨੂੰ ਕਹਿੰਦੇ ਵਿੱਚ ਨਹੀਂ ਕਰਦੇ ਤੁਸੀਂ 2 ਕਰਾਓ ਤੁਸੀਂ ਠੀਕ ਕਰਾਓ ਤੁਹਾਨੂੰ ਇੱਥੇ ਕੋਈ ਤਕਲੀਫ ਤਾਂ ਨਹੀਂ ਆਉਂਦੀ ਤੁਹਾਨੂੰ ਚਾਹ ਪਾਣੀ ਪਿਆਉਂਦੇ ਕਿ ਨਹੀਂ ਇਹ ਤੂੰ ਬੇਟਾ ਕਿੱਥੋਂ ਆਉਣੀ ਹੈ ਰਾਮਗੜ੍ਹ ਤੋਂ ਬਰਨਾਲੇ ਕੋਲੇ ਬਰਨਾਲੇ ਕੋਲੇ ਕਿੰਨੀ ਵਾਰ ਆ ਰਹੀ ਹੈ ਉਰੇ ਤੀਸਰੀ ਵਾਰ ਆ ਰਹੀ ਅੱਛਾ ਪਹਿਲਾਂ ਕਿੱਥੋਂ ਕਰਾਉਂਦੀ ਸੀ ਪੁੱਤ ਪਟਿਆਲੇ ਤੋਂ ਹੁਣ ਠੀਕ ਹੈ ਤੂੰ ਫੀਲ ਹੁੰਦਾ ਠੀਕ ਕੀਰਤਨ ਸਿਖਾਉਂਦੇ ਹੋ ਸਰਕਾਰੀ ਜੋਬ ਤੇ ਰਿਟਾਇਰ ਹੋਏ ਨੇ ਅੱਛਾ 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 ਬਹੁਤ ਮੁਸ਼ਕਿਲ ਆਇਆ ਰਾਤ ਗਾਂ ਚ ਮੈਂ ਆਪ ਹੀ ਬਿਮਾਰ ਹੋ ਗਿਆ ਜੀ ਅਨਸਾਲ ਹੋ ਗਿਆ ਤਾਂ ਕੀਰਤਨ ਨਹੀਂ ਪਰਮਾਤਮਾ ਰੱਬ ਇਹਨਾਂ ਨੇ ਸਾਨੂੰ ਬਚਾ ਲਿਆ ਲੁਧਿਆਣੇ ਕਿਉਂ ਆਉਂਦੇ ਸੀ
ਫਿਲਟਰ ਵਗੈਰਾ ਦੇ ਪੈਸੇ ਮਤਲਬ ਇੱਥੇ ਸਾਡੇ ਖਰਾਬ ਹੋ ਰਹੇ ਨੇ ਕਿਰਪਾ ਕੀਤੀ ਕੋਈ ਪੈਸਾ ਨਹੀਂ ਲੱਗਦਾ ਇੰਨੀ ਇਹਨਾਂ ਦੀ ਵਧੀਆ ਡੀ ਦੇ ਰਿਹਾ ਜਾਣੀ ਬਹੁਤ ਹੀ ਪਰ ਮੈਂ ਤਾਂ ਉਹਨਾਂ ਨੂੰ ਪਚਾ ਲਿਆ ਜੀ ਮੈਂ ਕਹਿੰਦਾ ਸਾਡੀ ਉਮਰ ਵੀ ਇਹਨਾਂ ਨੂੰ ਲੱਗ ਦੇਖੋ ਇਹ ਇਹ ਅੰਦਰੋਂ ਅਸੀਸ ਨਿਕਲਦੀ ਹੈ ਜਦੋਂ ਕਿਸੇ ਬੰਦੇ ਨੂੰ ਪਤਾ ਹੁੰਦਾ ਨਾ ਵੀ ਯਾਰ ਮੇਰਾ ਤਾਂ ਗੁਜ਼ਾਰਾ ਹੈ ਨਹੀਂ ਜਦੋਂ ਕੋਈ ਬੰਦਾ ਉਦੋਂ ਸਹਾਰਾ ਬਣੇ ਜਦੋਂ ਗੁਜ਼ਾਰਾ ਨਾ ਹੋਵੇ ਫਿਰ ਅਸੀਸ ਅੰਦਰੋਂ ਨਿਕਲਦੇ ਹੈ ਯਾਰ ਵੀ ਮਾਲਕ ਕਰੇ ਮੇਰੀ ਉਮਰ ਵੀ ਇਹਨੂੰ ਲੱਗ ਜਾਵੇ ਹੈ ਨਾ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਬਹੁਤ ਇਹਨਾਂ ਦਾ ਬਹੁਤ ਵੱਡੀ ਇਹਨਾਂ ਉਪਰਾਲਾ ਜੀ ਬਾਕੀ ਤੁਹਾਡੇ ਵਰਗੇ ਜਿਹੜੇ ਸੱਜਣ ਮਿੱਤਰ ਉਹਨਾਂ ਨਾਲ ਆ ਕੇ ਤੁਹਾਡਾ ਹਾਲ ਚਾਲ ਪੁੱਛਦੇ ਆ ਸਾਡੀ ਰੂਹ ਖੜ ਜਾਂਦੀ ਹੈ ਤੁਸੀਂ ਵੀ ਕੀ ਆ ਵੈਲਕਮ ਧੰਨਵਾਦ ਤੁਸੀਂ ਕਿੰਨਵੀਂ ਵੇਰਾ ਆ ਰਹੇ ਜੀ ਉਹਦੇ ਇੱਕ ਸਾਲ ਹੋ ਗਏ ਕੰਟੀਨਿਊਸਲੀ ਇੱਕ ਸਾਲ ਤੋਂ ਆ ਰਹੇ ਜੀ ਤੇ ਮਹੀਨੇ 'ਚ ਕਿੰਨੀ ਵੇਰਾ ਆਉਂਦੇ ਜੇ ਮਹੀਨੇ 'ਚ ਨਹੀਂ ਹਫ਼ਤੇ 'ਚ ਦੋ ਵਾਰੀ ਹੁਣ 8 ਵਾਰੀ ਹੋ ਗਏ ਪੂਰੀ ਪ੍ਰਕਿਰਿਆ ਕੀ ਹੈ ਸਾਰਾ ਬਲੱਡ ਕੱਢ ਕੇ ਮਸ਼ੀਨ ਦੁਬਾਰਾ ਸਾਫ਼ ਕਰਕੇ ਚਾੜ ਰਹੀ ਸਾਰਾ ਬਲੱਡ ਸੋਕ ਸਾਢੇ ਤਿੰਨ ਘੰਟੇ ਲੱਗ ਜਾਂਦੇ ਤੇ ਬਲੱਡ ਜੇ ਘੱਟ ਦੇਵੇ ਫਿਰ ਉਹ ਟੀਕੇ ਲੱਗਦੇ ਫਿਰ ਉਹ ਟੀਕੇ ਲੱਗਦੇ ਆ ਬਲੱਡ ਦਿੰਦੇ ਸੀ ਚੜਾਉਂਦੇ ਚੜ ਜਾਂਦਾ ਸੀ ਇੱਥੋਂ ਹਸਪੀਟਲ 'ਚ ਫ੍ਰੀ ਮਿਲਦਾ ਨਾ ਤੇ ਉਹ ਫਿਰ ਉਹਦੇ ਨਾਲ ਕਈ ਵਾਰ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਫਿਰ ਉਹ ਜ਼ੋਰ ਕਰੇ ਟੀਕੇ ਨਾਲ ਹਰ ਇਹ ਨਹੀਂ ਮੈਨੂੰ ਪਤਾ ਲੱਗੇ ਵੀ ਲੱਗ ਕਿਵੇਂ ਗਿਆ ਨਾ ਹੰਟਾ ਨਾ ਵੀ ਮਤਲਬ ਕੁਝ ਪੰਦੇ ਵੀ ਮਤਲਬ ਮਾਸਟਰ ਸੀਗਾ ਮਤਲਬ ਪਰਮਾਤਮਾ ਨੂੰ ਬੜਾ ਮੰਨਿਆ ਪਰ ਪਤਾ ਨਹੀਂ ਉਸ ਤੋਂ ਕੀ ਗਲਤੀ ਹੋਈ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੂੰ ਭੁੱਲਦਾ ਥੋੜ੍ਹਾ ਇਹਨਾਂ ਨੂੰ ਇੱਥੇ 2 ਸਾਲ ਹੋ ਗਏ 2 ਸਾਲ ਤੋਂ ਇੱਕ ਪਰਿਵਾਰ ਦਾ ਜੀ ਜਿੰਦੂ ਜੀ ਇੱਥੇ 6 ਲੱਖ ਰੁਪਇਆ ਬਚਦਾ ਇੱਕ ਫੈਮਿਲੀ ਇੱਕ ਫੈਮਿਲੀ ਦਾ 6 ਲੱਖ ਰੁਪਇਆ ਸੇਵ ਹੁੰਦਾ ਜੀ ਜਿੱਦੋਂ ਮਰਜ਼ੀ ਪਰਿਵਾਰ ਚਲੇ ਜੇ 6 ਲੱਖ ਰੁਪਇਆ ਖਰਚਾ ਜੀ ਇਸ ਬਿਮਾਰੀ ਦਾ 1 ਸਾਲ ਦਾ ਇੱਕ ਪਰਿਵਾਰ ਜਿਹੜਾ ਬਾਜ਼ਾਰਾਂ ਦੇ ਵਿੱਚ ਜਿਹੜਾ ਰੇਟ ਹੈ ਤੇ ਤੁਸੀਂ ਫ੍ਰੀ ਕਰ ਰਹੇ ਹੋ ਫ੍ਰੀ ਬਿਲਕੁਲ ਹੀ ਫ੍ਰੀ ਜੀ ਬਿਲਕੁਲ ਹੀ ਫ੍ਰੀ ਕੈਸ਼ ਕਾਊਂਟਰੀ ਹੈ ਜੀ ਕੋਈ ਮਤਲਬ ਨਹੀਂ ਸਭ ਤੋਂ ਨਾ ਕਿਸੇ ਨੇ ਸਟਾਫ ਮੈਂਬਰ ਨੇ ਨਾ ਡਾਕਟਰ ਸਾਹਿਬਾਨ ਨੇ ਸਭ ਤੋਂ ਕਦੇ ਕੋਈ ਪੰਜੀ ਨਹੀਂ ਨੇ ਅਤੇ ਇਹਨਾਂ ਸਾਹਿਬ ਹੋਰਾਂ ਦਾ ਕਹਿਣਾ ਕੀ ਆ ਵਾਹ ਜੀ ਵਾਹ ਇੱਕ ਹੋਰ ਵੀਜ਼ਾ ਮਿਲ ਲਈ ਆ ਆਪਾਂ ਢਾਈ 3 ਸਾਲ ਹੋ ਗਏ ਇੱਥੇ ਗਵਾਉਂਦੇ ਹੋ ਗਏ ਉਦੋਂ ਤਾਂ ਫਿਰ ਜਦੋਂ ਡਾਇਲਸਿਸ ਕਰਾਉਣ ਆਉਂਦੇ ਹੋ ਇਕੱਲੇ ਹੋ ਕਿ ਨਾਲ ਪਰਿਵਾਰ ਦਾ ਕੋਈ ਇਕੱਲਾ ਵੀ ਆ ਜਾਣਾ ਜੀ ਨਾਲ ਬੇਟਾ ਵੀ ਆ ਜਾਣਾ ਨਾਲ ਬੇਟਾ ਵੀ ਆ ਜਾਣਾ ਇਕੱਲਾ ਵੀ ਆ ਜਾਣਾ ਡਾਇਲਸਿਸ ਕਰਾਉਣ ਤੋਂ ਬਾਅਦ ਸਰੀਰ 'ਚ ਕੋਈ ਕਮਜ਼ੋਰੀ ਵੀ ਮਹਿਸੂਸ ਹੁੰਦੀ ਹੈ ਆਉਂਦੀ ਹੈ ਨਾ ਫਿਰ ਉਹਨੂੰ ਰਿਕਵਰ ਹੋਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਅੱਜ ਦੀ ਘੜੀ ਤਾਂ ਹੋਊਗੀ ਫਿਰ ਕੱਲ੍ਹ ਨੂੰ ਜਾ ਕੇ ਠੀਕ ਕੱਲ੍ਹ ਨੂੰ ਠੀਕ ਹੋ ਜਾਂਦਾ 9 ਸਾਲ ਹੋ ਗਏ 9 ਸਾਲ ਹੋ ਗਏ ਡਾਇਲਸਿਸ ਕਰਾ ਰਹੇ ਹੋ ਤੇ ਪਹਿਲਾਂ 3 ਸਾਲ ਤੋਂ ਪਹਿਲਾਂ ਕਿੱਥੋਂ ਕਰਾਉਂਦੇ ਸੀ ਦੀਪ ਤੋਂ ਲੁਧਿਆਣਾ ਦੀਪ ਹਸਪਤਾਲ ਦੀਪ ਤੋਂ ਤੇ ਉਹ ਕੀ ਚਾਰਜ ਕਰਦਾ ਸੀ ਤੁਹਾਨੂੰ ਪਨ ਲੱਗ ਗਿਆ ਜਾਂਦਾ ਜਦੋਂ ਸੈੱਟ ਫੁੱਟ ਬਦਲੀ ਕਰਦੇ ਸੀ 3 ਹਜ਼ਾਰ 1800-1900 ਇੱਥੇ ਤੁਹਾਡਾ ਬਿਲਕੁਲ 24,000 ਫ੍ਰੀ ਚ ਕਿੱਤਾ ਕੀ ਕਰਦੇ ਆ ਤੁਸੀਂ ਵੈਸੇ ਖੇਤੀਬਾੜੀ ਕਰਦੇ ਸੀ ਹੁਣ ਤਾਂ ਖੇਤੀਬਾੜੀ ਬੰਦ ਹੋ ਗਈ ਨਾ ਜੀ ਸਰਦਾਰ ਸਾਹਿਬ ਉਹਨਾਂ ਦੀ ਡਾਇਲਸਿਸ ਜਦੋਂ ਪਹਿਲਾਂ ਕਰਾਉਂਦੇ ਸੀ ਜਿੰਦੂ ਸਾਹਿਬ 3 ਕਿੱਲੇ ਜ਼ਮੀਨ ਬੈਠ ਚੁੱਕੀ ਡੇਢ ਕਰੋੜ ਰੁਪਈਆ ਡਾਇਲਸਿਸ ਤੇ ਦਵਾਈ ਤੁਸੀਂ ਕਦੇ ਆਪਣੀ ਬਿਮਾਰੀ ਨੂੰ ਲੈ ਕੇ ਕਦੇ ਸਰਕਾਰ ਤੱਕ ਅਪਰੋਚ ਕੀਤੀ ਵੀ ਮੇਰੀ ਕੋਈ ਸਾਰ ਲੈ ਲਓ ਕਦੇ ਹੁਣ ਠੀਕ ਹੋ ਤੁਸੀਂ ਮਹਾਰਾਜ ਤੰਦਰੁਸਤ ਕਰੇ ਤੁਹਾਨੂੰ ਸਾਰਿਆਂ ਨੂੰ
छे बंदे का है, चार मुंडे बीमार ने, चार मुंडे बीमार ने, दो मुंडे दुकान चल रही है, 150 बंदा बाहर लाइन ला के खड़ा, ना तो फोन चक सकते हैं बेचारे, कुछ नहीं। मैं तो कहना अरदास करना भी दो भी ठीक रह, बीमार हो गए तो साडा काम खत्म जाना। इस करके तुहानू दिक्कत आ, हफ्ता रुक जाओ, सारा स्टाफ आ जाना। बिल्कुल साड़ी ना सप्लाई रोकी हुई है, मेडिसिन भी नहीं आ रही प्रॉपर, पर असं लगे हुए हैं जोड़ तोड़ कर, मालक कृपा करे छेती कर लेंगे। अच्छा जी, टीके लग गए नहीं जी? हां वो टीका जरा महंगा लग रहा है। ओके, कितने का होगा टीका? वो तो नहीं, तो सानू सरकार भेज दी है। बहुत चंगी गल सुनाती, पहली मेरा तुम मन खुश किया पंजाब सरकार ने। बजट बहुत ओवर होता है, चलाना फ्री एक सवाल प्रोजेक्ट लाना तो फ्री कि चल सकता। जो अपने प्राइवेट लाने से प्रोजेक्ट की कॉस्ट इन उत्ते जा सकती थी, आप फिर इन ला नहीं सकते, जो ला लेंगे फिर चला नहीं सकते, फिर यह अपन 8-10 लाख रुपया महीने का खर्चा पैना जी। ठीक है जी, फिर असी किसी सज्जन ने कहा हेल्थ डिपार्टमेंट तो हेल्प लो कुछ, तो हेल्थ डिपार्टमेंट को फिर जो अभी गए तो उन्होंने कहा कोई गल नहीं, जो तुम्हें सेवा करनी है तो अभी थोड़े ना इस प्रोजेक्ट जी। हेल्थ डिपार्टमेंट का बहुत बड़ा रोल है जी, इन चलाने के फ्री संगत का, हेल्थ डिपार्टमेंट का, तो हेल्थ डिपार्टमेंट ने जी फिर सू दवाई जिनी इतने लग यूज होती है सारी फ्री है, टोटली जिनी भी दवाई यूज होती है जी सारी। तकरीबन महीने की किन्ने की दवाई हो? मेरे हिसाब से 3.5 लाख रुपए जी सरकार दे रही है। हाँ जी सरकार तो मतलब हेल्थ डिपार्टमेंट और कड़ी फैसिलिटी मिल रही है और सू प्रोजेक्ट के पिछले बिजली फ्री है जी। बिजली का बिल तकरीबन महीना जो 700 रुपया देना पौगा। अच्छा, फिर असि क्या भी अफोर्ड ही नहीं करते, साढ़े सात प्रोजेक्ट भी लाइए 750 भी लाइए, फिर थोड़ी जी कन्फ्यूजन मेरे मन च आ गई700 भी नहीं लगूगा। ठीक, जो सानू पता लगे फिर अभी लावा
या प्रशासन के अधिकारी नहीं ऐदा की कोई ड्राइव चलाउंदे भी यार सरकार तुहानू आ एड दिंदी है जां दे रही है जां तुसी लै सकदे हो उहदे करके लोकां नू पता नहीं हुंदा। हुण देखो किड्डी वड्डी गल आ भी तकरीबन 5 तों 6 लाख रुपया महीना सरकार दे रही है यार। देखो किड्डी वड्डी गल आ, दवाई दे रही है तुहानू, इलैक्ट्रिसिटी फ्री दित्ती है, ਤੁਹਾਨੂੰ ਬਿਲਡਿੰਗ ਦਿੱਤੀ ਆ, ਤੁਹਾਨੂੰ ਫ੍ਰੀ ਡਾਕਟਰ ਅਗਲਿਆਂ ਦਿੱਤਾ ਹੋਇਆ। ਸਰਕਾਰ ਆਪਣੇ ਫਰਜ਼ ਇੱਥੇ ਨਿਭਾ ਰਹੀ ਆ, ਸੋ ਧੰਨਵਾਦੀ ਆ। ਤੇ ਮੈਂ ਇਹੀ ਪੁੱਛ ਰਿਹਾ ਸੀ ਵੀ ਇਹ ਸੈਂਟਰ ਗਵਰਨਮੈਂਟ ਦੀ ਜਿਹੜੀ ਪਾਲਿਸੀ ਆ ਇਹ 17 ਚ ਆਈ ਸੀ। ਇਹ ਜਦੋਂ ਫਿਰ ਪਹਿਲਾਂ ਮੈਂ ਤੁਹਾਨੂੰ ਦੱਸਦਾ ਨਾ 16 ਦੇ ਵਿੱਚ ਸਮਥਿੰਗ ਇਹ ਸੀਗਾ ਵੀ 750 ਤੁਸੀਂ ਇਹ ਸਾਡੀ ਪਹਿਲਾਂ ਇੱਕ ਵਾਰੀ 14 ਚ ਐਗਰੀਮੈਂਟ ਹੋਇਆ ਸੀ। 14 ਦੇ ਵਿੱਚ ਐਗਰੀਮੈਂਟ ਬੰਦ ਹੋ ਗਿਆ ਸੀ ਕਿਉਂਕਿ 14 ਚ ਇਹ ਕਹਿੰਦੇ ਸੀਗੇ ਇਹ ਵੀ ਜਿਹੜਾ ਹੈਲਥ ਡਿਪਾਰਟਮੈਂਟ ਆ ਵੀ ਤੁਸੀਂ ਕਰੋ ਫ੍ਰੀ ਜੀ ਸਦਕੇ, ਪਰ ਸਾਨੂੰ 750 ਪਰ ਡਾਇਲਸਿਸ ਉਧਰ ਜਮ੍ਹਾਂ ਕਰਾ ਦਿਆ ਕਰੋ। ਫਿਰ ਅਸੀਂ ਕਿਹਾ ਵੀ ਅਸੀਂ ਅਸੀਂ ਕਰਨੀ ਤਾਂ ਫ੍ਰੀ ਹੋਈ ਆ ਤੇ ਫਿਰ ਅਸੀਂ ਪੈਸੇ ਕਿੱਥੋਂ ਜਮ੍ਹਾਂ ਕਰਾਉਣੇ। ਫਿਰ ਉਹ ਰੱਬ ਤੁਹਾਡਾ ਭਲਾ ਕਰੇ, ਫਿਰ ਇੱਕ ਪਾਲਿਸੀ ਆਈ ਮਤਲਬ 17 ਦੇ ਵਿੱਚ ਵੀ ਉਹ 750 ਵੀ ਬੰਦ ਹੋ ਗਿਆ, ਸੈਂਟਰ ਸਰਕਾਰ ਨੇ ਕਰਤਾ ਇਹ ਹੈਲਥ ਡਿਪਾਰਟਮੈਂਟ ਨੇ, ਫਿਰ ਅਸੀਂ ਫ੍ਰੀ ਹੋ ਗਏ। ਤੇ ਭਾਈ ਸਾਹਿਬ ਇੱਕ ਕਿਰਪਾ ਸਾਡੇ ਤੇ ਕਰੋ, ਸਾਡੇ ਲੁਧਿਆਣੇ ਵੀ ਖੋਲੋ ਯਾਰ, ਇੱਦਾਂ ਦੱਸ ਲੁਧਿਆਣੇ ਇੰਨੀ ਸੰਗਤ ਹੈ ਜਿਹੜੀ ਡਾਇਲਸਿਸ ਤੇ ਇੰਨੇ ਪੈਸੇ ਲਾ ਰਹੀ ਹੈ, ਅਗਰ ਤੁਹਾਡੇ ਕੋਲੇ ਇੱਦਾਂ ਦੀ ਕੋਈ ਪ੍ਰੋਵੀਜ਼ਨ ਹੈ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਆਪਣੇ ਟਰਸਟ ਕਰਨੀ ਹੋ ਲੁਧਿਆਣੇ ਵੀ ਕੋਈ ਜਗ੍ਹਾ, ਅਸੀਂ ਵੀ ਸੰਗਤ ਨੂੰ ਬੇਨਤੀ ਕਰਾਂਗੇ, ਸੰਗਤ ਤੁਹਾਡੇ ਨਾਲ ਲੱਗੇਗੀ, ਆਪਾਂ ਰਲ ਕੇ ਉੱਥੇ ਇਹੋ ਜਿਹਾ ਕੋਈ ਉਪਰਾਲਾ ਕਰੀਏ। ਜੀ ਇਹ ਜਿੰਦੂ ਸਾਹਿਬ ਤੁਹਾਡਾ ਮੂੰਹ ਬੋਲ ਮੁਬਾਰਕ ਹੈ, ਮੇਰਾ ਬੜੇ ਚਿਰ ਤੋਂ ਇਹ ਸੀਗਾ ਵੀ ਇਹ ਪਾਇਲਟ ਪ੍ਰੋਜੈਕਟ ਆਪਾਂ ਕਾਮਯਾਬ ਕਰ ਲਿਆ। ਪਹਿਲਾਂ ਤਾਂ ਸਾਨੂੰ ਇਹ ਸੀ ਵੀ ਪਤਾ ਨਹੀਂ ਚੱਲਣਾ ਸਾਡੇ ਤੋਂ ਕਿ ਨਹੀਂ ਚੱਲਣਾ, ਕਿਉਂਕਿ ਆਪਾਂ ਤਾਂ ਇਸ ਲੈਣ ਦੇ ਬੰਦੇ ਨਹੀਂ ਸੀ। ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀਡੀਓ 'ਚ ਵੀ ਅਸੀਂ ਕਿਹੜਾ ਡਾਕਟਰੀ ਲੈਣ ਦੇ ਬੰਦੇ, ਅਤੇ ਅਸੀਂ ਵੀ ਪਲੱਸ ਟੂ ਪਾਸ ਹੀ ਹੈ ਸਾਰੇ ਬੰਦੇ, ਹੈ ਨਾ। ਅੱਛਾ ਇੱਕ ਇੱਕ ਗੱਲ ਮੈਂ ਦੱਸਾਂ, ਆ ਜਿੰਨੇ ਘੱਟ ਪੜ੍ਹੇ ਲਿਖੇ ਆ ਨਾ ਸਾਰੇ ਇਸ ਫੀਲਡ 'ਚ ਕੰਮ ਕਰ ਰਹੇ ਆ ਤੇ ਸਾਡੇ ਤੇ ਸਵਾਲ ਚੱਕਣ ਵਾਲੇ ਪੜ੍ਹੇ ਲਿਖੇ ਨੇ, ਇਹਨਾਂ ਨੂੰ ਲਾਲਚ ਨਹੀਂ ਦੇਣਾ, ਹੈ ਨਾ। ਸਾਡੇ ਤੇ ਸਵਾਲ ਚੱਕਣ ਵਾਲੇ ਪੜ੍ਹੇ ਲਿਖੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਹੁੰਦਾ ਵੀ ਅਸੀਂ ਬਹੁਤੀਆਂ ਜਮਾਤਾਂ ਤੇ ਨਹੀਂ ਪੜ੍ਹੀਆਂ, ਪਰ ਮਨੁੱਖਤਾ ਜ਼ਰੂਰ ਪੜ੍ਹਦੇ ਆ ਵੀ ਯਾਰ ਜੇ ਕੋਈ ਮਰਦਾ ਹੈ ਨਾ ਤੇ ਅਸੀਂ ਉਹਦੀ ਛਿੱਲ ਨਹੀਂ ਲਾਉਣੀ, ਉਹਦੇ ਸਾਥ ਜਿੰਨਾ ਕੁ ਦੇ ਸਕਦੇ ਹਾਂ ਦੇ ਦਈਏ। ਇਸ ਕਰਕੇ ਮੇਰੀ ਬੇਨਤੀ ਸੰਗਤ ਜੀ, ਸੋ ਤੁਸੀਂ ਦੇਖਿਆ ਕਿੱਡਾ ਵੱਡਾ ਪ੍ਰੋਜੈਕਟ ਪੂਰੇ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਪਹਿਲਾ ਪ੍ਰੋਜੈਕਟ ਹੈ ਜਿੱਥੇ ਫ੍ਰੀ ਡਾਇਲਸਿਸ ਹੁੰਦਾ। ਔਰ ਸਭ ਤੋਂ ਵੱਡੀ ਗੱਲ ਇਹ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਤੇ ਇਹ ਦਸਮ ਪਾਤਸ਼ਾਹ ਦੇ ਨਾਂ ਤੇ ਹੈ, ਇਹ ਛੋਟੇ ਸਾਹਿਬਜ਼ਾਦਿਆਂ ਵੱਡੇ ਸਾਹਿਬਜ਼ਾਦਿਆਂ ਦੇ ਨਾਂ ਤੇ ਇਹਨਾਂ ਇਕੱਲੇ ਇਕੱਲੇ ਬੈੱਡ ਤੇ ਨਾ ਪਲੇਟ ਲਾਈ ਹੈ। ਸੋ ਇਹ ਇੱਕ ਪ੍ਰਾਪਤੀ ਹੈ ਯਾਰ, ਮਾਣ ਮਹਿਸੂਸ ਕਰਿਆ ਕਰੋ ਕਿ ਸਾਨੂੰ ਸਿੱਖੀ ਦੇ ਵਿੱਚ ਇਹ ਵਿਰਾਸਤ ਮਿਲੀ ਹੈ ਸੇਵਾ ਦੀ, ਤੇ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਵੀ ਭਾਈ ਗਰੀਬ ਤੇ ਦੀਨ ਦੁਨੀ ਦੀ ਸੇਵਾ ਕਰਨੀ ਹੈ, ਸੋ ਇਹ ਵੀਰ ਵੀ ਕਰ ਰਹੇ ਆ। ਸੋ ਸੰਗਤ ਜੀ ਵੱਧ ਤੋਂ ਵੱਧ ਇਹਨਾਂ ਦੇ ਨਾਲ ਜੁੜੋ, ਆਪਾਂ ਯਤਨ ਕਰਾਂਗੇ ਰਲ ਕੇ ਲੁਧਿਆਣੇ ਦੇ ਵਿੱਚ ਇੱਦਾਂ ਦਾ ਪ੍ਰੋਜੈਕਟ ਚੱਲੇ ਤਾਂ ਕਿ ਉੱਥੋਂ ਦੇ ਲੋਕਾਂ ਨੂੰ ਵੀ ਇਹ ਫੈਸਿਲਿਟੀ ਮਿਲੇ। ਕਰੋ ਤੁਸੀਂ ਆਪ। ਮੈਂ ਹੁਣ ਤੁਹਾਨੂੰ ਸਾਰਿਆਂ ਨੂੰ, ਜਿੰਦੂ ਵੀਰ ਜੀ ਨੇ ਵੀ ਦੱਸਤਾ, ਇਹ ਇੱਕ ਏਦਾਂ ਦੀ ਆਪਣੇ ਕੋਲੇ ਸਕੀਮਾਂ ਹੈਗੀਆਂ, ਭਾਜੀ ਨੂੰ ਵੀ ਦੱਸੀਆਂ, ਸਕੀਮਾਂ ਨੀ ਕਹਿ ਸਕਦੇ ਜਿਵੇਂ ਆਪਾਂ ਆਮ ਕਹਿ ਦਿੰਦੇ ਸਕੀਮਾਂ, ਤੇ ਏਦਾਂ ਦੀ ਯੋਗਤ ਹੈਗੀ ਆ। ਤੁਸੀਂ ਪੰਜਾਬ ਦੇ ਵਿੱਚ ਕੈਂਸਰ ਹੌਸਪੀਟਲ ਵੀ ਫ੍ਰੀ ਚਲਾ ਦੇਵਾਂਗੇ ਆਪਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਵੀ ਗੁਰੂ ਸਾਹਿਬ ਕਿਰਪਾ ਕਰਨ, ਤੁਸੀਂ ਸਾਰੇ ਜੁੜੋ। ਆਪਾਂ ਪਹਿਲਾਂ ਡਾਇਲਸਿਸ ਯੂਨਿਟ ਬਣਾਈਏ, ਮਾਝਾ ਮਾਲਵਾ ਦੁਆਬਾ ਜਿਹੜਾ ਜ਼ੋਨ ਆ ਤਿੰਨਾਂ ਦੇ ਵਿੱਚ, ਲੁਧਿਆਣੇ ਇੱਕ ਖੋਲੀਏ ਜੀ, ਇੱਕ ਜਲੰਧਰ, ਇੱਕ ਅੰਮ੍ਰਿਤਸਰ। ਜਿੰਨੇ ਵੀ ਵੀਰ ਇਸ ਗੱਲ ਨੂੰ ਐਕਸੈਪਟ ਕਰਦੇ ਆ ਉਹ ਜਿੰਦੂ ਭਾਜੀ ਨਾਲ ਸਾਡੇ ਨਾਲ ਸੰਪਰਕ ਕਰ ਲੈਣ, ਠੀਕ ਹੈ ਜੀ। ਆਪਾਂ ਨੂੰ ਇਹ ਲਾਉਣੇ ਪੈਣਗੇ ਕਿਉਂਕਿ ਕਿਡਨੀ ਫੇਲੀਅਰ, 5.5 ਲੱਖ ਬੰਦਾ ਡੈਮੇਜ ਆ ਜੀ ਪੰਜਾਬ ਦੇ ਵਿੱਚ, ਔਰ ਇਹ ਇਕੱਲੇ ਪੰਜਾਬ 'ਚ ਆ। ਜੇ ਤੁਸੀਂ ਚਾਹੁੰਦੇ ਹੋ ਭਲਾ ਆਪਾਂ ਸਾਰੇ ਵੀਰ, ਤਾਂ ਲੋਕ, ਮੈਂ ਤੁਹਾਨੂੰ ਦੱਸ ਦਿੰਦਾ ਜਿੰਦੂ ਜੀ, ਜਿੱਦਣ ਤੁਸੀਂ ਲੁਧਿਆਣੇ ਲਾ ਦਿਆ ਨਾ, ਤੁਹਾਨੂੰ ਬੰਬੇ ਤੋਂ, ਕਲਕੱਤੇ ਤੋਂ, ਦਿੱਲੀ ਤੋਂ ਲੋਕ ਲੁਧਿਆਣੇ ਰਹਿਣ ਲੱਗ ਜਾਣਗੇ। ਮੈਨੂੰ ਜਿਹੜੇ ਫੋਨ ਆਉਂਦੇ ਆ ਨਾ ਜੀ, ਉਹ ਲੁਧਿਆਣੇ ਸਟੇ ਕਰ ਗਏ ਜੀ, ਲੋਕ ਘਰ ਲੈ ਕੇ ਆਏ, ਲੋਕਾਂ ਨੇ ਕਿਰਾਏ ਤੇ ਘਰ ਲੈ ਲਏ। ਅਗਲਾ ਕਹਿੰਦਾ ਜਿਹੜੇ ਇੱਥੇ ਲਾਜਪੁਰੀ
ਦੇਖੋ ਵੀਰ ਜੀ ਕਹਿ ਰਿਹਾ ਵੀ ਇੱਕ ਪੇਸ਼ੈਂਟ ਦਾ 6 ਲੱਖ ਰੁਪਏ ਸਾਲ ਦਾ ਖਰਚਾ ਜੀ ਬਿਲਕੁਲ ਜੀ ਸਾਲ ਦਾ ਤੇ ਕਿੱਡੀ ਵੱਡੀ ਸੇਵਾ ਹੁਣ ਦੱਸੋ ਵੀ ਆਪਾਂ ਜਦੋਂ ਆਪਾਂ ਗੁਰਦੁਆਰਿਆਂ ਤੇ ਪੱਥਰ ਲਾਉਂਦੇ ਆ ਮੰਦਰਾਂ ਤੇ ਪੱਥਰ ਲਾਉਂਦੇ ਆ ਨਾ ਆਪਾਂ ਪਕਵਾਨਾਂ ਦੇ ਲੰਗਰ ਲਾਉਂਦੇ ਆ ਮੈਂ ਕਹਿੰਦਾ ਸਭ ਠੀਕ ਹੈ ਯਾਰ ਬਸ ਕਰੋ ਹੁਣ ਉਧਰੋਂ ਛੱਡੋ ਇੱਧਰ ਲੱਗੋ ਕਿਸੇ ਗਰੀਬ ਦਾ 6 ਲੱਖ ਬਚ ਜੇ ਏਦੂ ਵੱਡਾ ਲੰਗਰ ਕੋਈ ਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ